मेरा तजर्ब है, मेरी विद्या कहती है भी सुखबीर बादल अकाली दल नू ते बसपा नू 35 सीटा 34 सीटा मिलनगियां, जे 2-3 दा फर्क पै सकदा। अकाली दल नू 34, कांग्रेस नू 33, ठीक है, बराबर दी मुकाबला होगा, ते बीजेपी नू 15, ते बाकी आ गई झाड़ू वाले नू 8 सीटा, 10 हो सकदे ने 8 मिलनगियां, 8 आजाद जितणगे उहदे च बैंसुरी हो गए, सिमरजीत मान जित सकदा कल्ला, होर कोई नहीं उहदी पार्टी च, 8 हो जितणगे किसान आगू ला लो, उहदे ज़्यादा बीजेपी नू सहयोग देणगे, कैप्टन लऊगा 19 सीटा, उहदी पार्टी लऊगी, ठीक है। ते इह चीज़ां ने सुखबीर बादल, मैं पहला भी कहा सी, कई कहिंदे ने कैप्टन नू, मैं आएं कहा भी 117 च बहुमत लैण लई जिवें कैप्टन लै गया 19, बीजेपी 15, सुखबीर ते बसपा लै गई 34, ਉਹਨਾਂ ਦਾ ਗੱਠਜੋੜ ਹੋ ਜਾਂਦਾ, ਉਹ ਸਰਕਾਰ ਬਣਾਉਣਗੇ, ਸੀਐਮ ਸੁਖਬੀਰ ਬਣੂਗਾ, ਇਹ ਅੱਜ ਅਸੀਂ ਸਟੈਂਡ ਲੈਂਦੇ ਹਾਂ, ਬਾਕੀ ਪਰਮਾਤਮਾ ਦੇ ਹੱਥ ਆ ਜੀ, ਉਹ ਦੇਖੋ ਹੁਣ ਸੀਐਮ ਜਿਹੜਾ ਸੁਖਬੀਰ ਬਾਦਲ ਹੀ ਬਣੂਗਾ, ਠੀਕ ਹੈ। ਜ਼ਿੰਦਗੀ 'ਚ ਨਾ ਸੁਖਬੀਰ ਬਾਦਲ ਨੂੰ ਮਿਲੇ ਹਾਂ, ਠੀਕ ਆ, ਨਾ ਜ਼ਿੰਦਗੀ ਦੇ ਵਿੱਚ ਸੁਖਬੀਰ ਬਾਦਲ ਛੱਡੋ, ਕਿਸੇ ਵੀ ਪਾਰਟੀ ਤੋਂ ਕੋਈ 50 ਪੈਸੇ ਸਾਬਤ ਕਰਦੇ, 50 ਪੈਸੇ ਆਪਣੇ ਲਈ ਨਹੀਂ ਮਰੀਜ਼ਾਂ ਲਈ ਵੀ ਸਾਬਤ ਕਰਦੇ, ਧੌਣ ਵੱਢ ਕੇ ਦੇ ਦਿੰਦੇ, ਠੀਕ ਹੈ ਜੀ। ਅਤੇ ਯਾਰ ਕਮੈਂਟ ਦੇਖੋ 2 ਤਰ੍ਹਾਂ ਦੇ ਨੇ, ਇੱਕ ਤਾਂ ਤੁਸੀਂ ਸਵਾਲ ਚੱਕੋ, ਜਿਵੇਂ ਜਿਹੜੀ ਭਾਸ਼ਾ ਸੱਭਿਅਕ ਭਾਸ਼ਾ ਵੀ ਸਵਾਲ ਚੱਕੋ, ਹੈ ਨਾ ਭਾਈ, ਜੇ ਤੁਸੀਂ ਗਾਲ ਕੱਢੋਗੇ ਸਾਡਾ ਵੀ ਜ਼ਿਲ੍ਹਾ ਸੰਗਰੂਰ ਹੀ ਆ, ਫਿਰ ਅਸੀਂ ਵੀ ਇੱਕ ਗਾਲ 'ਚ ਸਾਰਾ ਘਰ ਲਪੇਟ ਲੈਂਦੇ ਹਾਂ, ਠੀਕ ਆ, ਤੁਸੀਂ ਗਾਲ ਕੱਢੋਗੇ ਬਰਾਬਰ ਗਾਲ ਆਉਣਗੀਆਂ, ਜਿਹੜੇ ਕੱਢਣਗੇ ਉਹ ਸਾਡੇ ਭਰਾ ਨੇ, ਅਸੀਂ ਉਹਨਾਂ ਨਾਲ ਸਟੈਂਡ ਲਵਾਂਗੇ ਮਰਦੇ ਦਮ ਤੱਕ, ਜਿਹੜੇ ਕਹਿੰਦੇ ਨੇ ਆਪਣੀ ਭਵਿੱਖਬਾਣੀ ਦੱਸਦੇ, ਬਾਈ ਦੱਸਤੀ ਨਾ, ਜ਼ਿੰਦਗੀ 'ਚ ਸਮਝੌਤਾ ਕਰੀਏ, ਨਾ ਕਿਸੇ ਪਾਰਟੀ ਤੋਂ ਵਿਕਾਂ, ਜਿੱਦੇ ਵਿਕ ਗਿਆ ਗੋਲੀ ਮਾਰ ਦਿਓ, ਔਰ ਖਸਖਸ ਦੀ ਖੇਤੀ ਪੰਜਾਬ 'ਚ ਕਰਾਉਣੀ ਹੈ, ਝੋਨੇ ਦੀ ਬੰਦ ਕਰਾਉਣੀ ਹੈ, ਕਿਸਾਨਾਂ ਨਾਲ ਸਾਥ ਦਊਂਗਾ, ਔਰ ਜਿਹੜੀ ਸਰਕਾਰ ਚੋਣ ਮੈਨੀਫੈਸਟੋ 'ਚ ਲਿਖੂਗੀ, ਔਰ ਜਿਹੜੀ ਸਰਕਾਰ ਇਹ ਗੱਲ ਮੰਨੂਗੀ ਵੀ ਖਸਖਸ ਦੀ ਖੇਤੀ ਪੰਜਾਬ 'ਚ ਜਿਹੜੀ ਲਾਗੂ ਕਰੋ, ਅਤੇ 5000 ਜਿਹੜਾ ਕਾਰਡ, 5 ਲੱਖ ਕਾਰਡ ਜਿਹੜਾ ਜੀਭ ਥੱਲੇ ਧਰਨ ਵਾਲੀ ਗੋਲੀ ਦਾ ਬਣਿਆ ਹੋਇਆ, ਉਹਦੀ ਜਗ੍ਹਾ 'ਤੇ ਕਿਲੋ ਭੁੱਕੀ ਦੇਣਗੇ, ਤਾਂ ਮੇਰੇ ਵੀਰੋ 200 ਕਰੋੜ 5 ਲੱਖ ਬੰਦੇ ਦਾ ਪਹੁੰਚਦਾ ਹਰ ਮਹੀਨੇ, 1 ਮਹੀਨੇ ਕਿਲੋ ਭੁੱਕੀ ਨਾਲ, 120 ਰੁਪਏ ਦੀ ਦਿਨ ਦੀ ਪੈਂਦੀ ਆ, 450 ਦਿਹਾੜੀ ਚੱਲਦੀ ਆ, 400 350, ਅਤੇ ਉੱਧਰ 280 ਦੀ ਬੋਤਲਾਂ ਲੀਡਰਾਂ ਨੂੰ ਪੈਸੇ ਬਣਦੇ ਨੇ, ਇਹ ਕਿਸਾਨ ਨੂੰ ਬਣਨਗੇ, ਠੀਕ ਆ ਜੀ। ਬਾਕੀ ਨਵਜੋਤ ਕੌਰ ਸਿੱਧੂ ਨੇ ਇਹਦੇ ਫਾਇਦੇ ਗਿਣਾ ਦਿੱਤੇ, ਉਦੋਂ ਵੱਡੀ ਕੋਈ ਡਾਕਟਰ ਹੈ ਨਹੀਂ ਇੰਡੀਆ 'ਚ, ਧਰਮਵੀਰ ਗਾਂਧੀ ਤੋਂ ਵੱਡਾ ਡਾਕਟਰ ਹੈ ਨਹੀਂ ਕੋਈ, ਹੁਣ ਇਹਦੇ ਫਾਇਦਾ ਗਿਣਾ ਤੇ। ਜ਼ਿੰਦਗੀ ਦੇ ਵਿੱਚ ਇਹ ਵੀ ਨੋਟ ਕਰੋ, ਇਹ ਕਿਸੇ ਨੇ ਬੇਅਦਬੀ ਵਾਲੇ ਦੇਖ ਲਿਓ, ਰੇਪ ਕਰਨ ਵਾਲੇ ਦੇਖ ਲਿਓ, ਛੇੜਾ ਖਾਨੀਆਂ ਲੁੱਟਾਂ ਖੋਹਾਂ ਕਰਨ ਵਾਲੇ ਦੇਖ ਲਿਓ, ਠੀਕ ਆ, ਜਿੰਨਾ ਕ੍ਰਾਈਮ ਕਰਨ ਵਾਲੇ ਦੇਖ ਲਿਓ, ਸਭ ਕੋਈ ਚਿੱਟੇ ਦਾ ਨਸ਼ਾ ਕਰਦਾ ਹੋਊ, ਕੋਈ ਗੋਲੀਆਂ ਦਾ, ਜਾਂ ਫਿਰ ਕੋਈ ਸ਼ਰਾਬ ਦਾ, ਫੀਮ ਤੇ ਭੁੱਕੀ ਖਾਣ ਵਾਲੇ ਤੇ ਕਦੇ ਵੀ